ਸਰਕਾਰ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾਜ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਕ ਕਰੋ ਆਪਣੀ ਰਾਖੀ ਆਪ ਕਰੋ ਰੇਲ ਗੱਡੀਆਂ ਬੰਦ ਕਰਨ ਵਾਲੀ ਕੇਂਦਰ ਸਰਕਾਰ ਮੁਰਦਾਬਾਦ 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 ਰੇਲ ਗੱਡੀਆਂ ਬੰਦ ਕਰਨ ਵਾਲੀ ਕੇਂਦਰ ਸਰਕਾਰ ਮੁਰਦਾਬਾਦ 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 ਪਰਾਲੀ ਤੇ ਕਰੋੜਾਂ ਦੇ ਜੁਰਮਾਨੇ ਕਰਨ ਵਾਲੀ ਮੋਦੀ ਸਰਕਾਰ ਮੁਰਦਾਬਾਦ 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 ਕਿਸਾਨ ਮਜ਼ਦੂਰ ਅੰਦੋਲਨ ਨੂੰ ਬਦਨਾਮ ਕਰਨ ਵਾਲੀ ਭਾਜਪਾਈਆਂ ਦੀ ਲੀਡਰਸ਼ਿਪ ਮੁਰਦਾਬਾਦ 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 ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲੀ ਭਾਜਪਾਈਆਂ ਦੀ ਲੀਡਰਸ਼ਿਪ ਮੁਰਦਾਬਾਦ 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 ਸਰਕਾਰਾਂ ਤੋਂ ਨਾ ਚਾਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਕ ਮੋਦੀ ਸਰਕਾਰ ਮੁਰਦਾਬਾਦ ਵਸਤੂਆਂ ਦੀ ਘਾਟ ਪੈਦਾ ਕਰਨ ਵਾਲੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਪਰਾਲੀ ਤੇ ਕਰੋੜਾਂ ਦੇ ਜੁਰਮਾਨੇ ਪਾਉਣ ਵਾਲੀ ਮੋਦੀ ਸਰਕਾਰ ਮੁਰਦਾਬਾਦ 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 ਪਰਾਲੀ ਤੇ ਜੁਰਮਾਨੇ ਕਰਨ ਵਾਲੀ ਮੋਦੀ ਸਰਕਾਰ ਮੁਰਦਾਬਾਦ 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 ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲੀ ਮੋਦੀ ਸਰਕਾਰ ਮੁਰਦਾਬਾਦ 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 ਕਿਸਾਨ ਮਜ਼ਦੂਰ ਅੰਦੋਲਨ ਨੂੰ ਬਦਨਾਮ ਕਰਨ ਵਾਲੇ ਭਾਜਪਾਈਆਂ ਦੇ ਲੀਡਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਗੰਨੇ ਦਾ ਬਕਾਇਆ ਜਾਰੀ ਕਰੋ ਜਾਰੀ ਕਰੋ ਅੱਜ ਜੰਡਿਆਲਾ ਗੁਰੂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿਹੜਾ ਅੰਦੋਲਨ ਉਹ 37ਵੇਂ ਦਿਨ ਵਿੱਚ ਦਾਖਲ ਹੋ ਗਿਆ। ਪੰਜਾਬ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਹੋਇਆ, ਸ਼ਾਮ 4 ਵਜੇ ਰੈਸਟ ਹਾਊਸ ਅੰਮ੍ਰਿਤਸਰ ਵਿੱਚ ਗੱਲਬਾਤ ਹੋਊਗੀ, ਜਿਹਦਾ ਏਜੰਡਾ ਪੰਜਾਬ ਸਰਕਾਰ ਦਾ ਆਪਣਾ ਹੋਊ, ਕੀ ਗੱਲ ਕਰਨਾ ਚਾਹੁੰਦੀ ਆ ਅਤੇ ਇਹਦੋਂ ਗਾਹਾਂ ਜਿਹੜਾ ਕਿਸਾਨੀ ਸਮੱਸਿਆ ਵੀ ਉਹਦੇ ਵਿੱਚ ਡਿਸਕਸ ਕੀਤੀਆਂ ਜਾਣਗੀਆਂ। ਜਿਹੜਾ ਕੇਂਦਰ ਨੇ ਫੈਸਲੇ ਕਰ ਰਹੀ ਆ, ਇੱਕ ਤਾਂ ਮਾਲ ਗੱਡੀਆਂ ਰੁਕੀਆਂ ਹੋਈਆਂ, ਸੋ ਜੇ ਪੰਜਾਬ ਦੇ ਵਿੱਚ ਕੋਈ ਸਮੱਸਿਆ ਆ ਰਹੀ ਆ ਤਾਂ ਉਹ ਕੇਂਦਰ ਕਰਕੇ ਆ ਰਹੀ ਆ। ਕਿਸਾਨਾਂ ਨੇ ਸਾਰੇ ਰੇਲ ਟਰੈਕ ਮਾਲ ਗੱਡੀਆਂ ਵਾਸਤੇ ਖਾਲੀ ਕੀਤੇ ਹੋਏ ਆ ਅਤੇ ਉਹ ਚਲਾਉਣ ਦਾ ਕਹਿ ਰਹੇ ਵੀ ਜਦੋਂ ਮਰਜ਼ੀ ਚਲਾਵੇ ਅਤੇ ਪੰਜਾਬ ਸਰਕਾਰ ਜਦੋਂ ਮਰਜ਼ੀ ਸ਼ੋਰਟੀ ਦੇਵੇ ਉਹਨਾਂ ਨੂੰ। ਇਹ ਤੋਂ ਗਾਹਾਂ ਰੇਲਵੇ ਦਾ ਪ੍ਰੋਟੋਕਾਲ ਇਹ ਨਹੀਂ ਕਹਿੰਦਾ ਵੀ ਸਾਰੇ ਰੇਲ ਟਰੈਕ ਵਿਹਲੇ ਹੋਣ, 175 ਗੱਡੀਆਂ ਪਹਿਲਾਂ ਚੱਲ ਚੁੱਕੀਆਂ ਵਾ। ਜਿੱਥੋਂ ਤੱਕ ਹੈਗਾ ਵਸਤੂਆਂ ਦੀ ਘਾਟ ਦਾ ਸਵਾਲ, ਜਿਹੜੀ ਗੱਲ ਕਹਿ ਰਹੀ ਮੀਡੀਆ ਵਿੱਚ, ਜਦੋਂ ਕਰੋਨਾ ਵੀ ਨਹੀਂ ਸੀ ਹੈਗਾ, ਸਾਡੇ ਰੇਲ ਟਰੈਕ ਵੀ ਬੰਦ ਨਹੀਂ ਸੀ, ਉਦੋਂ ਵੀ ਪੰਜਾਬ ਅਤੇ ਦੇਸ਼ ਵਿੱਚ ਕਾਲਾ ਬਜ਼ਾਰੀ ਕਰਕੇ ਮਹਿੰਗਾਈ ਸਮਾਨਾਂ ਨੂੰ ਛੂੰਹਦੀ ਰਹੀ। ਕਿਸਾਨ ਮਜ਼ਦੂਰ ਅੰਦੋਲਨ ਨੂੰ ਬਦਨਾਮ ਕਰਨ ਵਾਲੀ ਗੱਲ ਹੈ। ਜਦੋਂ ਤੱਕ ਬਲੈਕ ਆਊਟ ਦਾ ਸਵਾਲ ਹੈ, ਕੇਂਦਰੀ ਪੂਲ ਵਿੱਚੋਂ ਹੁਣ ਸਪਲਾਈ ਬਹੁਤ ਘੱਟ ਗਈ ਹੈ, ਮੰਗ ਵੀ ਬਹੁਤ ਘੱਟ ਗਈ ਆ, ਕੇਂਦਰੀ ਪੂਲ ਦੇ ਵਿੱਚੋਂ ਸਰਕਾਰ 3.5 ਰੁਪਈਏ ਬੱਤੀ ਖਰੀਦ ਸਕਦੀ ਆ, ਅਤੇ ਸਰਕਾਰੀ ਥਰਮਲ ਪਲਾਂਟਾਂ ਨੂੰ ਚਲਾਉਣ ਵਾਸਤੇ ਵੀ ਅਸੀਂ ਬੰਦ ਨਹੀਂ ਕੀਤਾ ਹੋਇਆ, ਸੋ ਸਿਰਫ ਇਹ ਬਲੈਕਆਊਟ ਦਾ ਬਹਾਨਾ ਲਾ ਕੇ ਸਾਡੀ ਬਦਨਾਮੀ ਵਾਲੀ ਗੱਲ ਆ। ਇਹ ਤੋਂ ਗਾਹਾਂ ਜਿਹੜੇ ਇਸ ਵੇਲੇ ਜਿਹੜਾ ਏਜੰਡਾ ਮੀਟਿੰਗ 'ਚ ਅਸੀਂ ਕਹਾਂਗੇ ਵੀ ਜਿਹੜਾ ਇਸ ਵੇਲੇ ਗੰਨੇ ਦੇ ਬਕਾਏ ਦਾ ਵੱਡਾ ਸੰਕਟ ਆ, ਮਿੱਲਾਂ ਕਦੋਂ ਚੱਲਣੀਆਂ ਵਾ, ਇਹ ਤੋਂ ਗਾਹਾਂ ਕੇਂਦਰ ਹੁਣ ਸਾਡੇ ਖਿਲਾਫ਼ ਜਿਹੜਾ ਵੱਡਾ ਪਰਾਲੀ ਵਾਲਾ ਇਸ਼ੂ ਲੈ ਕੇ ਆ ਗਈ ਆ ਵੀ 51% ਇੰਡਸਟਰੀ ਦਾ ਪੋਲਿਊਸ਼ਨ ਆ, ਉਹਦੇ 'ਤੇ ਕੋਈ ਖਿਆਲ ਨਹੀਂ ਗਾ, 25% ਆਮ ਆਵਾਜਾਈ ਦੇ ਸਾਧਨਾਂ ਦਾ ਪ੍ਰਦੂਸ਼ਣ ਆ, ਇਕੱਲਾ ਖੇਤੀ ਦਾ ਪ੍ਰਦੂਸ਼ਣ ਹੀ 6% ਆ, ਅਤੇ ਉਹ ਸਰਕਾਰ ਨੂੰ ਵੀ ਬੜਾ ਰੜਕਦਾ, ਨਿਆਂਪਾਲਿਕਾ ਨੂੰ ਵੀ ਬੜਾ ਰੜਕਦਾ ਅਤੇ ਮੀਡੀਆ ਨੂੰ ਵੀ ਬਹੁਤ ਰੜਕਦਾ ਵਾ ਵੀ ਇਹ 6% ਕਿਉਂ ਹੈ, ਸਾਰਾ ਗੁੱਸਾ ਇਹਨਾਂ 'ਤੇ ਕੱਢਣਾ, ਇਹਨਾਂ ਨੂੰ ਕਰੋੜਾਂ ਦਾ ਜੁਰਮਾਨਾ ਹੋਵੇ ਅਤੇ ਕਾਰਪੋਰੇਟ ਘਰਾਣੇ ਜਾਂ ਗ੍ਰੀਨ ਹਾਊਸਸ ਅਤੇ ਅਮਰੀਕਾ ਵਰਗੇ ਮੁਲਕ ਜਿਹੜੇ ਕੋਈ ਫੈਸਲਾ ਨਾ ਕਰਨ, ਠੁੱਡ ਮਾਰ ਦੇਣ ਸੰਧੀ ਨੂੰ, ਉਹਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਊਗੀ। ਇਹ ਬਦਲੇ ਦੀ ਭਾਵਨਾ ਨਾਲ ਸਾਡੇ ਖਿਲਾਫ਼ ਕੀਤਾ ਜਾ ਰਿਹਾ ਵਾ, ਇੱਥੇ ਪੰਜਾਬ ਦੇ ਵਿੱਚ ਅੰਦੋਲਨ ਲਗਾਤਾਰ ਜਾਰੀ ਰੱਖਾਂਗੇ ਅਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ਼ ਹੋਰ ਅੰਦੋਲਨ ਨੂੰ ਤੇਜ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।